ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਅਸੀਂ ਵੀ ਠੀਕ ਠਾਕ ਹਾਂ। ਅਤੇ ਲਓ ਜੀ, ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅਤੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। ਅਤੇ ਕਾਫ਼ੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਤੁਸੀਂ ਕੋਈ ਨਵਾਂ ਫੈਬਰਿਕ ਲੈ ਕੇ ਆਓ, ਅਤੇ ਅੱਜ ਤੁਹਾਡੀ ਡਿਮਾਂਡ 'ਤੇ ਅਸੀਂ ਨਵੇਂ ਰੰਗ, ਨਵੇਂ ਡਿਜ਼ਾਈਨ ਅਤੇ ਨਵਾਂ ਫੈਬਰਿਕ ਲੈ ਕੇ ਆਏ ਹਾਂ। ਅਤੇ ਜਿਹੜੇ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਅਗਰ ਤੁਸੀਂ ਦੇਖ ਰਹੇ ਹੋ ਮੈਨੂੰ ਇੰਸਟਾਗ੍ਰਾਮ 'ਤੇ, ਤਾਂ ਇੰਸਟਾਗ੍ਰਾਮ ਦੀ ਆਈ ਡੀ ਹੈ ਜੀ ਬਾਸੀ ਫੈਮਿਲੀ ਨਾਂ 'ਤੇ, ਅਤੇ ਉੱਥੇ ਵੀ ਫੋਲੋ ਕਰ ਲਓ। ਅਗਰ ਤੁਸੀਂ ਦੇਖ ਰਹੇ ਹੋ ਫੇਸਬੁੱਕ 'ਤੇ, ਤਾਂ ਫੇਸਬੁੱਕ 'ਤੇ ਜਾ ਕੇ ਵੀ ਫੋਲੋ ਕਰੋ ਬਾਸੀ ਫੈਮਿਲੀ ਨਾਂ 'ਤੇ ਆਈ ਡੀ ਆਪਣੀ। ਅਤੇ ਲਓ ਜੀ, ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਜੋਰਜਟ ਦੇ ਸੂਟ, ਅਤੇ ਬਹੁਤ ਹੀ ਫਾਈਨ ਕੁਆਲਿਟੀ ਹੈ। ਕਾਫ਼ੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਫੈਬਰਿਕ ਅੱਛਾ ਹੋਣਾ ਚਾਹੀਦਾ, ਅਤੇ ਫੈਬਰਿਕ ਜਿਹੜਾ ਬਹੁਤ ਹੀ ਵਧੀਆ ਅਤੇ ਬਹੁਤ ਹੀ ਸੌਫਟ ਫੈਬਰਿਕ ਹੈ। ਸਾਡੇ ਕੋਲੋਂ ਤੁਹਾਨੂੰ ਜਿੰਨੇ ਵੀ ਸੂਟ ਮਿਲਣਗੇ ਬਹੁਤ ਬੈਸਟ ਕੁਆਲਿਟੀ ਮਿਲੇਗੀ। ਅਤੇ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਅਤੇ ਅੱਜ ਵਾਲੇ ਜਿਹੜੇ ਸੂਟਾਂ ਦੇ ਪ੍ਰਾਈਜ਼ ਹੈ ਤੁਹਾਨੂੰ ਨਾਲ ਹੀ ਸ਼ੋਅ ਹੋਈ ਜਾਣਗੇ। ਅਗਰ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ ਕਰਕੇ ਅਤੇ ਔਡਰ ਕਰ ਸਕਦੇ ਹੋ। ਅਤੇ ਚਲੋ ਜੀ, ਬਾਹਲਾ ਟਾਈਮ ਨਾ ਲੈਂਦੇ ਹੋਏ ਤੁਹਾਡਾ ਇੰਤਜ਼ਾਰ ਖਤਮ ਕਰਦੇ ਹਾਂ ਅਤੇ ਨਵੇਂ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਉਂਦੇ ਹਾਂ। ਅਤੇ ਸਭ ਤੋਂ ਪਹਿਲਾਂ ਜੀ ਆਏਗਾ ਆਪਣਾ, ਤੁਹਾਨੂੰ ਮੈਂ ਦੱਸਿਆ ਕਿ ਆਪਣੇ ਕੋਲ ਆਇਆ ਜੀ ਜੋਰਜਟ ਦਾ ਫੈਬਰਿਕ। ਬਹੁਤ ਜ਼ਿਆਦਾ ਫਾਈਨ ਕੁਆਲਿਟੀ ਹੈ ਅਤੇ ਬਹੁਤ ਜ਼ਿਆਦਾ ਸੌਫਟਪਨ ਹੈ ਇਹ 'ਚ, ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਲਾਈਟ ਵੇਟ ਫੈਬਰਿਕ ਹੈ ਇਹ, ਅਤੇ ਇਹ ਹੈਗਾ ਜੀ ਫਸਟ। ਦੇਖੋ ਇਹਦਾ ਡਿਜ਼ਾਇਨ, ਦੇਖੋ ਇਹਦਾ ਕਲਰ, ਦੇਖੋ ਬਹੁਤ ਸੋਹਣਾ ਲੱਗ ਰਿਹਾ, ਬਹੁਤ ਜ਼ਿਆਦਾ ਫਾਈਨ ਕੁਆਲਿਟੀ ਹੈ, ਚੈੱਕ ਕਰ ਸਕਦੇ ਹੋ ਤੁਸੀਂ। ਅਤੇ ਪ੍ਰਿੰਟਿੰਗ ਇਹਦੀ ਬਹੁਤ ਸੋਹਣੀ ਪ੍ਰਿੰਟਿੰਗ। ਅਗਰ ਤੁਹਾਨੂੰ ਇਹ ਸੂਟ ਪਸੰਦ ਆ ਰਿਹਾ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ, ਅਤੇ ਇਹਦਾ ਪ੍ਰਾਈਜ਼ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਿਹਾ। ਅਤੇ ਆਪਣੇ ਫੈਬਰਿਕ ਦੀ ਗਰੰਟੀ ਰਹੇਗੀ ਜੀ, ਬਹੁਤ ਫਾਈਨ ਕੁਆਲਿਟੀ ਦਾ ਫੈਬਰਿਕ ਹੈ। ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ। ਅਤੇ ਹੈਗਾ ਜੀ ਆਪਣਾ ਫਸਟ, ਤੁਸੀਂ ਦੇਖ ਸਕਦੇ ਹੋ ਇਹਦਾ ਵੇਟ ਬਿਲਕੁਲ ਲਾਈਟ ਵੇਟ ਹੈ। ਖੋਲ੍ਹਾ ਕੇ ਦਿਖਾਓ ਜੀ, ਬਹੁਤ ਫਾਈਨ ਕੁਆਲਿਟੀ ਹੈ ਜੀ, ਬਹੁਤ ਜ਼ਿਆਦਾ ਫਾਈਨ ਕੁਆਲਿਟੀ ਹੈ। ਆਪਣੇ ਕੋਲ ਜਿੰਨਾ ਵੀ ਫੈਬਰਿਕ ਆਏਗਾ ਜੀ ਬਹੁਤ ਬੈਸਟ ਆਏਗਾ, ਤੁਸੀਂ ਬੇਫਿਕਰ ਹੋ ਕੇ ਔਡਰ ਕਰ ਸਕਦੇ ਹੋ। ਅਤੇ ਇਹ ਸੀ ਜੀ ਆਪਣਾ ਫਸਟ ਸੂਟ, ਅਤੇ ਆਪਾਂ ਦਿਖਾਉਂਦੇ ਹਾਂ ਸੈਕਿੰਡ। ਅਤੇ ਸੈਕਿੰਡ ਜਿਹੜੀ ਪ੍ਰਿੰਟਿੰਗ ਹੈ ਚੈੱਕ ਕਰੋ ਕਿੰਨੀ ਪਿਆਰੀ ਹੈ, ਕਲਰ ਕੋਂਬੀਨੇਸ਼ਨ ਬਹੁਤ ਸੋਹਣਾ ਹੈ। ਖੋਲ੍ਹ ਕੇ ਦਿਖਾਉਂਦੇ ਹਾਂ, ਚੈੱਕ ਕਰੋ, ਦੇਖੋ ਬਹੁਤ ਸੌਫਟ ਫਨ ਹੈ, ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ, ਚੈੱਕ ਕਰ ਸਕਦੇ ਹੋ ਤੁਸੀਂ। ਅਤੇ ਕੁਛ ਕੁ ਮੇਰੀਆਂ ਭੈਣਾਂ ਪੁੱਛ ਰਹੀਆਂ ਸੀ ਕੱਲ੍ਹ ਵਾਲੇ ਸੂਟਾਂ 'ਤੇ ਵੀ ਕਿ ਲਾਈਨਿੰਗ ਦੀ ਜ਼ਰੂਰਤ ਹੈ। ਕੱਲ੍ਹ ਜਿਹੜੇ ਮੈਂ ਦਿਖਾਏ ਸੀ ਜੀ ਟੀ ਸਟਾਰ ਵਿੱਚ, ਉਹਦੇ ਵਿੱਚ ਲਾਈਨਿੰਗ ਦੀ ਬਿਲਕੁਲ ਜ਼ਰੂਰਤ ਨਹੀਂ, ਅਤੇ ਅੱਜ ਤੁਹਾਨੂੰ ਮੈਂ ਜਿਹੜੇ ਦਿਖਾ ਰਹੀ ਹਾਂ ਜੀ ਜੋਰਜਟ ਦੇ, ਇਹਦੇ ਵਿੱਚ ਲਾਈਨਿੰਗ ਲੱਗੇਗੀ, ਫੁੱਲ ਸੂਟ ਦੇ ਵਿੱਚ ਲਾਈਨਿੰਗ ਲੱਗੇਗੀ। ਅਤੇ ਲਾਈਨਿੰਗ ਲੱਗ ਕੇ ਵੀ ਬਹੁਤ ਜ਼ਿਆਦਾ ਹੈਵੀ ਸੂਟ ਨਹੀਂ ਬਣੇਗਾ, ਬਹੁਤ ਸੌਫਟ ਫੈਬਰਿਕ ਹੈ, ਬਹੁਤ ਜ਼ਿਆਦਾ ਹੈਵੀ ਨਹੀਂ ਬਣੇਗਾ, ਲਾਈਟ ਵੇਟ ਹੀ ਰਹੇਗਾ। ਅਤੇ ਹੈਗਾ ਜੀ ਸੈਕਿੰਡ ਪ੍ਰਿੰਟਿੰਗ ਅਤੇ ਸੈਕਿੰਡ ਕਲਰ, ਬਹੁਤ ਹੀ ਸੋਹਣਾ। ਅਤੇ ਤੁਸੀਂ ਸਕਰੀਨਸ਼ੋਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ, ਅਤੇ ਰੇਟ ਉੱਪਰ ਸ਼ੋ ਹੁੰਦਾ ਹੋਏਗਾ। ਅਗਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਲਓ। ਅਤੇ ਆ ਗਿਆ ਜੀ ਆਪਣਾ ਸੈਕਿੰਡ। ਅਤੇ ਲਓ ਜੀ ਨੈਕਸਟ ਆ ਗਿਆ ਕਲਰ, ਇਹ ਵੀ ਕਲਰ ਬਹੁਤ ਸੋਹਣਾ, ਅਤੇ ਪ੍ਰਿੰਟਿੰਗ ਦੇਖੋ ਉਹਦੀ ਬਹੁਤ ਸੋਹਣੀ, ਬਹੁਤ ਸੋਹਣੀ ਹੈ, ਅਤੇ ਬਹੁਤ ਹੀ ਸੌਫਟ ਫੈਬਰਿਕ ਹੈ। ਮੈਂ ਹਰ ਵੀਡੀਓ ਦੇ ਵਿੱਚ ਕਹਿੰਦੀ ਹੁੰਦੀ ਹਾਂ ਕਿ ਜਿਹੜਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਜ਼ਿਆਦਾ ਸੌਫਟ ਮਿਲੇਗਾ, ਇਹਦੀ ਸੌਫਟਨੈਸ ਚੈੱਕ ਕਰ ਸਕਦੇ ਹੋ, ਅਤੇ ਬਹੁਤ ਫਾਈਨ ਕੁਆਲਿਟੀ ਹੈ। ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਹੈ।
ਅਗਰ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਸਪੈਸ਼ਲੀ ਵਟਸਐਪ 'ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਤੇ ਅਸੀਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ। ਅਗਰ ਤੁਹਾਨੂੰ ਸਟਿਚਿੰਗ ਦੀ ਜੇ ਨੀਡ ਹੈ ਤਾਂ ਤੁਸੀਂ ਦੱਸ ਸਕਦੇ ਹੋ, ਅਸੀਂ ਸਟਿਚਿੰਗ ਕਰਕੇ ਵੀ ਦੇਵਾਂਗੇ। ਅਗਰ ਤੁਸੀਂ ਚਾਹੁੰਦੇ ਹੋ ਇਹਦੇ ਨਾਲ ਦੁਪੱਟੇ ਚਾਹੀਦੇ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਤੇ ਅਸੀਂ ਤੁਹਾਡੇ ਨਾਲ ਦੁਪੱਟਾ ਵੀ ਰੈਡੀ ਕਰਵਾ ਦਾਂਗੇ ਨਾਲ। ਅਤੇ ਲਓ ਜੀ, ਨੈਕਸਟ ਆ ਗਿਆ ਆਪਣਾ ਬਲੈਕ ਕਲਰ ਜੋ ਕਿ ਸਭ ਦਾ ਫੇਵਰੇਟ ਹੁੰਦਾ। ਅਤੇ ਇਹਦੀ ਪ੍ਰਿੰਟਿੰਗ ਦੇਖੋ ਜੀ, ਬਹੁਤ ਸੋਹਣੀ ਪ੍ਰਿੰਟਿੰਗ ਹੈ, ਬਹੁਤ ਸੋਹਣਾ ਡਿਜ਼ਾਇਨ ਹੈ, ਕਲਰ ਕੰਬੀਨੇਸ਼ਨ ਬਹੁਤ ਪਿਆਰਾ ਲੱਗ ਰਿਹਾ। ਇਹਦੀ ਵੀ ਸੋਫਟਨੈਸ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਸੋਫਟ ਫੈਬਰਿਕ ਹੈ, ਬਹੁਤ ਜ਼ਿਆਦਾ। ਆਪਣਾ ਫੈਬਰਿਕ ਸੇਮ ਹੀ ਰਹੇਗਾ ਜੀ, ਜੋਰਜੈਟ ਦੇ ਉੱਪਰ ਇਹ ਸੂਟ ਨੇ ਅਤੇ ਬਹੁਤ ਲਾਈਟ ਵੇਟ ਨੇ, ਬਹੁਤ ਸੋਹਣਾ ਕਲਰ ਨੇ। ਕਲਰ ਕੰਬੀਨੇਸ਼ਨ ਦੇਖੋ ਤੁਸੀਂ ਇਹਦਾ ਬਲੈਕ ਦਾ, ਬਹੁਤ ਸੋਹਣਾ ਲੱਗ ਰਿਹਾ। ਅਤੇ ਜਦੋਂ ਵੀ ਤੁਸੀਂ ਮੈਨੂੰ ਸਕਰੀਨਸ਼ੋਟ ਭੇਜਦੇ ਹੁੰਦੇ ਹੋ ਬਿਲਕੁਲ ਸਾਫ਼ ਭੇਜਿਆ ਕਰੋ, ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਕੁਛ ਕੁ ਮੇਰੀਆਂ ਭੈਣਾਂ ਕਹਿ ਰਹੀਆਂ ਸੀ ਕਿ ਅਸੀਂ ਫਸਟ ਟਾਈਮ ਮੰਗਵਾ ਰਹੇ ਹਾਂ ਅਤੇ ਸਾਨੂੰ ਡਾਊਟ ਹੈ ਕਿ ਫੈਬਰਿਕ ਅੱਛਾ ਹੋਏ ਅਤੇ ਫੈਬਰਿਕ ਸਾਡਾ ਬਹੁਤ ਬੈਸਟ ਰਹੇਗਾ ਅਤੇ ਟੈਨਸ਼ਨ ਲੈਣ ਦੀ ਲੋੜ ਨਹੀਂ। ਅਤੇ ਲਓ ਜੀ, ਨੈਕਸਟ ਸੂਟ ਆ ਗਿਆ ਆਪਣਾ, ਇਹ ਵੀ ਜੋਰਜੈਟ ਦਾ। ਅੱਜ ਵਾਲੀ ਆਪਣੀ ਜਿੰਨੀ ਵੀ ਕਲੈਕਸ਼ਨ ਰਹੇਗੀ ਜੀ ਜੋਰਜੈਟ ਦੇ ਉੱਪਰ ਰਹੇਗੀ। ਲਓ ਜੀ, ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਵੀ ਡਿਜ਼ਾਇਨ, ਬਹੁਤ ਪਿਆਰਾ ਡਿਜ਼ਾਇਨ ਹੈ, ਬਹੁਤ ਪਿਆਰਾ ਡਿਜ਼ਾਇਨ ਹੈ। ਅਤੇ ਸਕਰੀਨਸ਼ੋਟ ਲੈ ਲਓ ਨਾਲ ਦੀ ਨਾਲ। ਸਕਰੀਨਸ਼ੋਟ ਮੈਂ ਇਸ ਕਰਕੇ ਇਸ ਤਰ੍ਹਾਂ ਵੀਡੀਓ ਬਣਾਉਂਦੀ ਹਾਂ ਕਿ ਤੁਹਾਨੂੰ ਸਕਰੀਨਸ਼ੋਟ ਲੈਣਾ ਸੌਖਾ ਹੋ ਸਕੇ। ਚਲੋ ਜੀ, ਚੈੱਕ ਕਰੋ, ਬਹੁਤ ਪਿਆਰਾ ਡਿਜ਼ਾਇਨ ਹੈ, ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਅਤੇ ਇਹਦੇ ਵਿੱਚ ਹਲਕਾ ਜਿਹਾ ਚੈੱਕ ਹੈ, ਲਾਈਟ ਜਿਹਾ, ਲਾਈਟ ਜਿਹਾ ਅਤੇ ਬਹੁਤ ਲਾਈਟ ਵੇਟ ਫੈਬਰਿਕ ਹੈ। ਕੈਮਰੇ ਦੇ ਵਿੱਚ ਤੁਹਾਨੂੰ ਜੋ ਕਲਰ ਦਿਖ ਰਿਹਾ ਸੇਮ ਕਲਰ ਹੀ ਹੋਏਗਾ ਜੀ, ਕਲਰ ਦੇ ਵਿੱਚ ਕੋਈ ਉਹ ਨਹੀਂ ਹੋਏਗਾ ਕਿ ਕਲਰ ਤੁਹਾਨੂੰ ਕੈਮਰੇ 'ਚ ਕੁਛ ਹੋਰ ਦਿਖ ਰਿਹਾ ਅਤੇ ਤੁਹਾਡੇ ਕੋਲ ਕੁਛ ਹੋਰ ਪਹੁੰਚੇਗਾ, ਜੋ ਤੁਹਾਨੂੰ ਕੈਮਰੇ 'ਚ ਕਲਰ ਦਿਖ ਰਿਹਾ ਉਹੀ ਕਲਰ ਤੁਹਾਡੇ ਕੋਲ ਪਹੁੰਚੇਗਾ। ਅਤੇ ਲਓ ਜੀ, ਨੈਕਸਟ ਵੱਲ ਜਾਂਦੇ ਹਾਂ ਆਪਾਂ। ਅਤੇ ਨੈਕਸਟ ਆ ਗਿਆ ਜੇ ਆਪਣਾ ਸੂਟ, ਇਹ ਵੀ ਕਲਰ ਦੇਖੋ ਕਿੰਨਾ ਪਿਆਰਾ, ਡਿਜ਼ਾਇਨ ਦੇਖੋ ਇਹਦਾ ਕਿੰਨਾ ਪਿਆਰਾ, ਬਹੁਤ ਸੋਹਣਾ ਡਿਜ਼ਾਇਨ ਆ, ਚੈੱਕ ਕਰ ਸਕਦੇ ਹੋ ਤੁਸੀਂ। ਬਹੁਤ ਹੀ ਸੋਫਟ ਅਤੇ ਬਹੁਤ ਹੀ ਲਾਈਟ ਵੇਟ ਹੈ ਅਤੇ ਕਲਰ ਲਾਈਟ ਵੀ ਇਹ ਡਾਰਕ ਵੀ ਹੈ, ਦੋਨੇ ਕਲਰ ਹੈ, ਬਹੁਤ ਸੋਹਣਾ ਲੱਗ ਰਿਹਾ, ਬਹੁਤ ਪਿਆਰਾ ਹੈ। ਸਕਰੀਨਸ਼ੋਟ ਲੈ ਲਓ ਨਾਲ ਦੀ ਨਾਲ ਅਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਕਲਰ ਕੰਬੀਨੇਸ਼ਨ ਬਹੁਤ ਪਿਆਰਾ ਜੀ ਇਹਦਾ ਵੀ। ਚਲੋ ਜੀ, ਨੈਕਸਟ ਆ ਗਿਆ, ਨੈਕਸਟ ਵੀ ਬਹੁਤ ਸੋਹਣਾ ਕਲਰ ਹੈ, ਬਹੁਤ ਸੋਹਣੀ ਪ੍ਰਿੰਟਿੰਗ ਆ, ਪ੍ਰਿੰਟਿੰਗ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ, ਕਿੰਨਾ ਸੋਹਣਾ ਲੱਗ ਰਿਹਾ ਪ੍ਰਿੰਟ। ਅਤੇ ਫੈਬਰਿਕ ਤੁਸੀਂ ਦੇਖ ਸਕਦੇ ਹੋ ਕਿ ਫੈਬਰਿਕ ਦਾ ਕਿੰਨਾ ਕੁ ਵੇਟ ਹੈ, ਕੋਈ ਵੇਟ ਨਹੀਂ, ਫੈਬਰਿਕ ਤਾਂ ਬਿਲਕੁਲ ਸੋਫਟ ਹੈ, ਬਿਲਕੁਲ ਲਾਈਟ ਵੇਟ ਹੈ ਜੀ, ਬਹੁਤ ਹੀ ਪਿਆਰਾ ਕਲਰ। ਸਕਰੀਨਸ਼ੋਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ। ਅਤੇ ਅੱਜ ਵਾਲੇ ਸੂਟਾਂ ਦੇ ਰੇਟ ਜੀ ਸਾਰੇ ਸੇਮ ਹੀ ਰਹਿਣਗੇ, ਤੁਹਾਨੂੰ ਰੇਟ ਉੱਪਰ ਸ਼ੋ ਹੁੰਦੇ ਹੋਣੇ ਨੇ। ਜੇ ਜੋ ਵੀ ਅਗਰ ਤੁਹਾਨੂੰ ਸੂਟ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਮੈਨੂੰ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ। ਅਗਰ ਕੁਛ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਵਟਸਐਪ ਕਰਕੇ ਪੁੱਛ ਸਕਦੇ ਹੋ। ਅਤੇ ਨੈਕਸਟ ਆ ਗਿਆ ਜੀ, ਨੈਕਸਟ ਵੀ ਕਲਰ ਬਹੁਤ ਪਿਆਰਾ, ਇਹ ਵਾਈਟ ਹੈ ਵਿੱਚ ਅਤੇ ਗ੍ਰੇ ਹੈ, ਬਹੁਤ ਪਿਆਰਾ, ਇਹਦੇ ਫਲਾਵਰ ਬਣੇ ਹੋਏ ਨੇ ਦੇਖੋ, ਬਹੁਤ ਪਿਆਰਾ ਡਿਜ਼ਾਇਨ ਹੈ, ਬਹੁਤ ਪਿਆਰੀ ਪ੍ਰਿੰਟਿੰਗ ਹੈ, ਬਹੁਤ ਸੋਹਣਾ ਲੱਗ ਰਿਹਾ ਅਤੇ ਬਹੁਤ ਲਾਈਟ ਵੇਟ ਹੈ। ਅਤੇ ਜਿਹੜੀਆਂ ਮੇਰੀਆਂ ਭੈਣਾਂ ਫਸਟ ਟਾਈਮ ਸਾਡੇ ਚੈਨਲ 'ਤੇ ਆ ਰਹੀਆਂ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰੋ, ਸਾਡਾ ਫੈਬਰਿਕ ਬਹੁਤ ਬੈਸਟ ਹੈ, ਬਹੁਤ ਬੈਸਟ ਰਹੇਗਾ ਅਤੇ ਬਹੁਤ ਸੋਹਣਾ ਤੁਹਾਨੂੰ ਡਿਜ਼ਾਇਨ, ਬਹੁਤ ਸੋਹਣਾ ਕਲਰ ਕੰਬੀਨੇਸ਼ਨ ਮਿਲੇਗਾ। ਅਤੇ ਲਓ ਜੀ, ਸਕਰੀਨਸ਼ੋਟ ਲੈ ਲਓ ਅਤੇ ਵਟਸਐਪ ਕਰ ਦਿਓ ਫਟਾਫਟ, ਸੂਟ ਔਡਰ ਕਰੋ। ਫਿਰ ਪਤਾ ਬਾਅਦ ਵਿੱਚ ਫਿਰ ਮੇਰੀਆਂ ਭੈਣਾਂ ਪੁੱਛਦੀਆਂ ਨੇ ਕਿ ਹੈਗੇ ਇੱਕ ਦਿਨ ਰੁਕ ਕੇ ਪੁੱਛਦੇ ਨੇ ਕਿ ਆਹ ਸਾਨੂੰ ਮਿਲ ਜਾਏਗਾ, ਅਤੇ ਫਿਰ ਜੀ ਉਹ
ਸੋਲਡ ਆਊਟ ਹੋ ਜਾਂਦਾ ਤੇ ਫਿਰ ਬੜਾ ਦੁੱਖ ਜਿਹਾ ਲੱਗਦਾ ਜਦੋਂ ਸਾਡੀਆਂ ਭੈਣਾਂ ਪੁੱਛਦੀਆਂ ਸੂਟ ਹੈਗਾ ਫਿਰ ਮਨਾ ਕਰਨਾ ਪੈਂਦਾ ਤੇ ਫਿਰ ਚੰਗਾ ਨਹੀਂ ਲੱਗਦਾ ਤੇ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਤੇ ਲਓ ਜੀ ਨੈਕਸਟ ਆ ਗਿਆ ਇਹ ਵੀ ਦੇਖੋ ਕਲਰ ਕਿੰਨਾ ਪਿਆਰਾ ਪ੍ਰਿੰਟਿੰਗ ਦੇਖੋ ਇਹਦੀ ਕਿੰਨੀ ਸੋਹਣੀ ਹੈ ਹਲਕਾ ਜਿਹਾ ਵਿੱਚ ਯੈਲੋ ਦਿੱਤਾ ਹੋਇਆ ਅਤੇ ਗ੍ਰੇ ਅਤੇ ਉਹ ਬਹੁਤ ਪਿਆਰਾ ਬਣਿਆ ਹੋਇਆ ਵੀ ਡਿਜ਼ਾਇਨ ਬਹੁਤ ਸੋਹਣਾ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਸਕਰੀਨਸ਼ਾਟ ਲਈ ਜਾਇਓ ਨਾਲ ਦੀ ਨਾਲ ਅਤੇ ਸਾਰਾ ਜੀ ਆਪਣਾ ਫੈਬਰਿਕ ਇਹ ਅੱਜ ਆਪਣੇ ਜੋਰਜਟ ਦੇ ਵਿੱਚ ਹੀ ਰਹੇਗਾ ਅਤੇ ਨੈਕਸਟ ਆ ਗਿਆ ਜੀ ਨੈਕਸਟ ਜਿਹੜਾ ਮੈਂ ਤੁਹਾਨੂੰ ਫਸਟ ਡਿਜ਼ਾਇਨ ਦਿਖਾਇਆ ਸੀ ਉਹਦੇ ਵਿੱਚ ਉਹ ਕਲਰ ਆ ਗਿਆ ਜੀ ਬਲੂ ਅਤੇ ਇਹ ਕਲਰ ਆ ਗਿਆ ਜੀ ਆਪਣਾ ਮੂੰਗ ਗਿਆ ਜੀ ਸ਼ੇਡ ਦੇਖੋ ਬਸ ਕਲਰ ਅਲੱਗ ਹੈ ਅਤੇ ਡਿਜ਼ਾਇਨ ਸੇਮ ਹੈ ਜੀ ਦੇਖੋ ਜੀ ਕਲਰ ਕਿੰਨਾ ਪਿਆਰਾ ਲੱਗ ਰਿਹਾ ਕਲਰ ਕੋਂਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਬਹੁਤ ਸੋਹਣਾ ਲੱਗ ਰਿਹਾ ਅਤੇ ਜਿਹੜੀ ਮੇਰੀ ਭੈਣ ਨੂੰ ਜਿਹੜੀਆਂ ਜਿੰਨਾ ਮੇਰੀਆਂ ਭੈਣਾਂ ਨੂੰ ਪਸੰਦ ਹੈ ਸਕਰੀਨਸ਼ੋਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਦਿਉ ਅਤੇ ਇਹਨਾਂ ਦੇ ਪ੍ਰਾਈਜ਼ ਸ਼ੋਅ ਹੋ ਰਹੇ ਨੇ ਫੈਬਰਿਕ ਤੋਂ ਬੇਫਿਕਰ ਰਹੋ ਜੀ ਫੈਬਰਿਕ ਤੁਹਾਨੂੰ ਜਿਹੜਾ ਵੀ ਮਿਲੇਗਾ ਬਹੁਤ ਸੌਫਟ ਅਤੇ ਬਹੁਤ ਸੋਹਣਾ ਮਿਲੇਗਾ ਚਲੋ ਜੀ ਇਹ ਦੋਨੇ ਡਿਜ਼ਾਇਨ ਸੇਮ ਨੇ ਇਹ 'ਚ ਕਲਰ ਬਲੂ ਆ ਗਿਆ ਅਤੇ ਇਹਦੇ 'ਚ ਕਲਰ ਇਹ ਵਾਲਾ ਆ ਗਿਆ ਜੀ ਮੂੰਗੀਆ ਸ਼ੇਡ ਅਗਰ ਤੁਹਾਨੂੰ ਕੋਈ ਵੀ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਭੇਜ ਸਕਦੇ ਹੋ ਅਤੇ ਨੈਕਸਟ ਆ ਗਿਆ ਜੀ ਇਹ ਵੀ ਸੇਮ ਹੈ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਵਿੱਚ ਸਿਰਫ ਕਲਰ ਦਾ ਚੇਂਜ ਆ ਗਿਆ ਡਿਜ਼ਾਇਨਿੰਗ ਸੇਮ ਹੈ ਜੀ ਇਹ ਡਾਰਕ ਬਰਾਊਨ ਅਤੇ ਵਿੱਚ ਯੈਲੋ ਫਲਾਵਰ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਬਹੁਤ ਸੌਫਟ ਫੈਬਰਿਕ ਹੈ ਆਪਣਾ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਜੀ ਲਾਈਨਿੰਗ ਲੱਗ ਕੇ ਨਾ ਇਹ ਹੈਵੀ ਹੋ ਜਾਂਦਾ ਸੂਟ ਇਹੋ ਜਿਹੀ ਕੋਈ ਗੱਲ ਨਹੀਂ ਜੀ ਇਹ ਜਿਹੜਾ ਫੈਬਰਿਕ ਆ ਬਹੁਤ ਸਾਡਾ ਲਾਈਟ ਵੇਟ ਹੈ ਤੁਸੀਂ ਲਾਈਨਿੰਗ ਲਗਾ ਕੇ ਵੀ ਜ਼ਿਆਦਾ ਹੈਵੀ ਨਹੀਂ ਹੋਏਗਾ ਤੁਸੀਂ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹੋ ਆਰਾਮ ਨਾਲ ਇਹ ਬਹੁਤ ਸੋਹਣੀ ਸੌਫਟ ਜੋਰਜਟ ਹੈ ਜੀ ਦੇਖੋ ਲਓ ਜੀ ਸਕਰੀਨਸ਼ੋਟ ਲੈ ਲਓ ਅਤੇ ਬਹੁਤ ਪਿਆਰਾ ਅਤੇ ਬਹੁਤ ਸੋਹਣਾ ਫਲਾਵਰ ਬਹੁਤ ਸੋਹਣਾ ਮੈਨੂੰ ਵੀ ਬਹੁਤ ਪਸੰਦ ਆਇਆ ਇਹ ਕਲਰ ਲਓ ਜੀ ਨੈਕਸਟ ਆ ਗਿਆ ਇਹ ਵੀ ਆਪਾਂ ਨੇ ਪਹਿਲਾਂ ਦਿਖਾਇਆ ਸਿਰਫ ਇਹਦੇ 'ਚ ਡਿਜ਼ਾਇਨ ਅਲੱਗ ਹੈ ਅਤੇ ਕਲਰ ਸੇਮ ਹੈ ਜੀ ਇਹ ਵੀ ਬਹੁਤ ਪਿਆਰਾ ਡਿਜ਼ਾਇਨ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਕਲਰ ਕੋਂਬੀਨੇਸ਼ਨ ਬਹੁਤ ਪਿਆਰਾ ਬਲੈਕ ਦੇ ਵਿੱਚ ਹਲਕਾ ਜਿਹਾ ਪੀਚ ਦੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਡਿਜ਼ਾਇਨ ਆ ਬਹੁਤ ਪਿਆਰਾ ਬਣੇਗਾ ਇਹ ਸੂਟ ਤੁਸੀਂ ਸੂਟ ਅਗਰ ਸਾਡੇ ਤੋਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਦੱਸ ਸਕਦੇ ਹੋ ਅਸੀਂ ਸਟਿਚ ਵੀ ਕਰਵਾ ਦਿੰਦੇ ਹਾਂ ਅਤੇ ਅਗਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਡਿਜ਼ਾਇਨਰ ਤਰੀਕੇ ਨਾਲ ਸਟਿਚ ਕਰਾਓਗੇ ਤਾਂ ਬਹੁਤ ਪਿਆਰਾ ਲੱਗੇਗਾ ਅਤੇ ਲਓ ਜੀ ਸਕਰੀਨਸ਼ੋਟ ਲੈ ਲਓ ਅਤੇ ਵਟਸਐਪ ਕਰ ਦਿਉ ਅਤੇ ਲਓ ਜੀ ਨੈਕਸਟ ਆ ਗਿਆ ਨੈਕਸਟ ਕਲਰ ਵੀ ਬੜਾ ਪਿਆਰਾ ਲੱਗ ਰਿਹਾ ਲਾਈ ਡਾਰਕ ਨਹੀਂ ਹੈਗਾ ਕਲਰ ਇਹ ਲਾਈਟ ਕਲਰ ਹੈ ਲਓ ਜੀ ਦੇਖੋ ਪ੍ਰਿੰਟਿੰਗ ਦੇਖੋ ਇਹਦੀ ਕਿੰਨੀ ਪਿਆਰੀ ਹੈ ਬਹੁਤ ਸੌਫਟ ਹੈ ਜੀ ਇਹ ਵੀ ਆਪਣਾ ਫੈਬਰਿਕ ਸੇਮ ਰਹੇਗਾ ਜੀ ਹਲਕਾ ਜਿਹਾ ਲਾਈਟ ਜਿਹਾ ਫੈਬਰਿਕ ਹੈ ਇਹ ਬਹੁਤ ਲਾਈਟ ਵੇਟ ਹੈ ਇਹ ਅਤੇ ਇੱਕ ਵਾਰੀ ਜ਼ਰੂਰ ਵੇਅਰ ਕਰਕੇ ਦੇਖੋ ਤਾਂ ਬਹੁਤ ਪਿਆਰਾ ਲੱਗੇਗਾ ਸਕਰੀਨਸ਼ੋਟ ਲੈ ਲਓ ਜੀ ਫਿਰ ਨਾ ਸਕਰੀਨਸ਼ੋਟ ਲੈਣ ਲੱਗਿਆ ਥੋੜ੍ਹਾ ਜਿਹਾ ਉਹ ਹੁੰਦਾ ਜਦੋਂ ਤੁਸੀਂ ਵੀਡੀਓ ਚੱਲਦੀ ਦੇ ਵਿੱਚ ਸਕਰੀਨਸ਼ੋਟ ਲੈਂਦੇ ਹੋ ਤਾਂ ਸਾਫ਼ ਨਹੀਂ ਹੁੰਦਾ ਇਹ ਆ ਗਿਆ ਆਪਣਾ ਅਤੇ ਚਲੋ ਜੀ ਨੈਕਸਟ ਆ ਗਿਆ ਨੈਕਸਟ ਕਲਰ ਜਿਹੜਾ ਹੈਗਾ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਸੋਹਣਾ ਲੱਗ ਰਿਹਾ ਅਤੇ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕਲਰ ਕੋਂਬੀਨੇਸ਼ਨ ਬਹੁਤ ਸੋਹਣਾ ਕਲਰ ਕੋਂਬੀਨੇਸ਼ਨ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਸੇਮ ਕਲਰ ਦਿਖੇਗਾ ਜੋ ਇੱਥੇ ਕਲਰ ਹੈ ਸੇਮ ਵੀਡੀਓ ਦੇ ਵਿੱਚ ਕਲਰ ਦਿਖੇਗਾ ਕਿਉਂਕਿ ਕੁਛ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਕਿ ਵੀਡੀਓ 'ਚ ਕਲਰ ਕੁਛ ਹੋਰ ਹੋਵੇਗਾ ਤੁਹਾਡੇ ਕੋਲ ਕੁਛ ਹੋਰ ਹੋਵੇਗਾ ਇਹੋ ਜਿਹੀ ਕੋਈ ਗੱਲ ਨਹੀਂ ਜੋ ਵੀਡੀਓ 'ਚ ਤੁਹਾਨੂੰ ਕਲਰ ਦਿਖ ਰਿਹਾ ਉਹੀ ਕਲਰ ਤੁਹਾਨੂੰ ਮਿਲੇਗਾ ਅਤੇ ਲਓ ਜੀ ਸਕਰੀਨਸ਼ੋਟ ਲੈ ਲਓ ਬਹੁਤ ਪਿਆਰਾ ਜਿਹਾ ਕਲਰ ਹੈ ਯੈਲੋ ਬਹੁਤ ਸੋਹਣਾ ਲੱਗ ਰਿਹਾ ਵਿੱਚ ਮਜੈਂਟਾ ਹੈ ਕਲਰ ਅਤੇ ਬੜਾ ਪਿਆਰਾ ਲੱਗ ਰਿਹਾ ਇਹ
ਲਓ ਜੀ ਨੈਕਸਟ ਆ ਗਿਆ, ਨੈਕਸਟ ਵੀ ਬਹੁਤ ਪਿਆਰਾ। ਲਓ ਜੀ ਨੈਕਸਟ ਦੇਖੋ, ਡਿਜ਼ਾਇਨ ਪ੍ਰਿੰਟਿੰਗ ਦੇਖੋ, ਇਹਦੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ, ਬਹੁਤ ਪਿਆਰਾ ਲੱਗ ਰਿਹਾ ਇਹ ਵੀ, ਕਲਰ ਕੋਂਬੀਨੇਸ਼ਨ ਬਹੁਤ ਪਿਆਰਾ ਅਤੇ ਬਹੁਤ ਸੋਹਣਾ ਬਣੇਗਾ। ਅਤੇ ਇਹ ਵੀ ਜੀ, ਇਹ ਵੀ ਡਿਜ਼ਾਇਨ ਸੇਮ ਹੈ, ਇਹ ਆਪਣੇ ਕੋਲ ਦੋ ਕਲਰ ਸੇਮ ਨੇ ਜੀ, ਡਿਜ਼ਾਇਨ ਵੀ ਸੇਮ ਹੈ, ਇਹ ਆਪਣੇ ਕੋਲ ਦੋ ਪੀਸ ਆਏ ਨੇ ਜੀ, ਇਹ ਵੀ ਸੇਮ ਹੈ ਜੀ। ਚਲੋ ਜੀ ਸਕਰੀਨਸ਼ੋਟ ਲੈ ਲਓ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਹਦੇ ਨਾਲ ਦਈਏ, ਤੁਸੀਂ ਇੱਥੋਂ ਸਕਰੀਨਸ਼ੋਟ ਲੈ ਸਕਦੇ ਹੋ। ਅਤੇ ਲਓ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ ਅੱਜ ਦੀ ਕਲੈਕਸ਼ਨ। ਅਗਰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਮੇਰੀਆਂ ਅੱਗੇ ਭੈਣਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਉਹਨਾਂ ਤੱਕ ਵੀ ਸੂਟ ਪਹੁੰਚ ਸਕਣ ਅਤੇ ਉਹ ਵੀ ਸਾਡੇ ਕੋਲ ਔਡਰ ਕਰ ਸਕਣ। ਅਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ, ਕੁਛ ਮੇਰੀਆਂ ਭੈਣਾਂ ਦੇ ਕਮੈਂਟ ਆਏ ਸੀ ਤੁਸੀਂ ਸਟਿਚਿੰਗ ਕਰਦੇ ਹੋ। ਹਾਂਜੀ ਜੀ ਸਟਿਚਿੰਗ ਅਵੇਲੇਬਲ ਹੈ ਸਾਡੇ ਕੋਲ, ਸਟਿਚਿੰਗ ਵੀ ਤੁਸੀਂ ਕਰਵਾ ਸਕਦੇ ਹੋ, ਕਿਸੇ ਤਰ੍ਹਾਂ ਦਾ ਵੀ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ। ਅਤੇ ਉੱਪਰ ਵਟਸਐਪ ਨੰਬਰ ਦਿੱਤਾ ਹੋਇਆ, ਤੁਸੀਂ ਕੁਛ ਪੁੱਛਣਾ ਮੇਰੇ ਕੋਲ ਤਾਂ ਪੁੱਛ ਸਕਦੇ ਹੋ। ਅਤੇ ਲਓ ਜੀ ਅੱਜ ਦੀ ਕਲੈਕਸ਼ਨ ਸੀ ਇਹ, ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ, ਅਤੇ ਜਿਹੜੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।